ਇਸ ਤਰ੍ਹਾਂ ਕਰਕੇ ਨਾ ਤੁਸੀਂ ਇਹ ਸੈਂਟਰ ਦਾ ਜਿੰਨਾ ਕਾਜ ਹੋਏਗਾ ਬਿਲਕੁਲ ਇਹਦੇ ਸੈਂਟਰ ਦੇ ਵਿੱਚ ਤੁਸੀਂ ਪੈਨਸਲ ਦੇ ਨਾਲ ਇੱਥੇ ਨਿਸ਼ਾਨ ਲਾ ਲੈਣਾ। ਨਿਸ਼ਾਨ ਹੈ, ਮੈਂ ਲਾ ਲਿਆ ਨੇ, ਬਟਨ ਲਾ ਰਹੀ ਸੀ ਮੈਂ ਕਿਹਾ ਦੱਸ ਦਾ, ਅਤੇ ਸੂਈ ਦੇ ਵਿੱਚ ਮੈਂ ਧਾਗਾ ਪਾ ਲਿਆ, 3 ਧਾਗੇ ਪਾਏ ਨੇ ਅਤੇ ਉਹਨਾਂ ਨੂੰ ਡਬਲ ਕਰਕੇ ਤਾਂ ਮੈਂ ਇੱਥੇ ਗਿਰਾ ਲਗਾ ਲਈਏ। ਓਕੇ, ਹੁਣ ਤੁਸੀਂ ਇਹ ਜਿਹੜਾ ਧਾਗਾ ਨਾ ਪੁੱਠੇ ਪਾਸੇ ਉਹ ਨਹੀਂ, ਇਹ ਜਿੱਧਰ ਅਸੀਂ ਨਿਸ਼ਾਨ ਲਾਇਆ ਨਾ ਇੱਥੋਂ ਇਹ ਨੀਚੇ ਲੈ ਜਾਣੀ ਹੈ, ਗਿਰਾ ਉੱਪਰ ਆਏਗੀ, ਨੀਚੇ ਵਾਲੀ ਸਾਈਡ ਹੀ ਸਾਈਡ ਸਾਫ਼ ਰਹੇਗੀ। ਦੁਬਾਰਾ ਫਿਰ ਇੱਥੋਂ ਹੀ ਸੂਈ ਤੁਸੀਂ ਕੱਢ ਲੈਣੀ ਹੈ, ਥੋੜ੍ਹਾ ਸਾਰਾ ਕੱਪੜਾ ਚੁੱਕਦੇ ਹੋਇਆ। ਹੁਣ ਇਹਦੇ ਉੱਤੇ ਬਟਨ ਰੱਖ ਕੇ ਅਤੇ ਤੁਸੀਂ ਬਟਨ ਦੇ ਵਿੱਚ ਅਤੇ ਦੂਸਰੇ ਸੁਰਾਖ ਦੇ ਵਿੱਚ ਵੀ ਇਹਨੂੰ ਸੂਈ ਨੂੰ ਪਾਸ ਕਰ ਲੈਣਾ। ਬਟਨ ਸੂਈ ਦੇ ਵਿੱਚ ਪਾਸ ਕਰਕੇ ਅਤੇ ਅਸੀਂ ਇਹ ਦੁਬਾਰਾ ਇਹ ਜਿਹੜਾ ਸੁਰਾਖ ਨੇ ਨਿਸ਼ਾਨ ਲਾਇਆ ਸੀ ਇਹਦੇ ਵਿੱਚ ਹੀ ਸੂਈ ਦੁਬਾਰਾ ਟਪਾਉਣੀ ਹੈ। ਨੀਚੇ ਵਾਲੀ ਸਾਈਡ ਤੋਂ ਵੀ ਜਿੱਥੇ ਸੂਈ ਗਈ ਥੋੜ੍ਹਾ ਸਾਰਾ ਕੱਪੜਾ ਛੱਡਦੇ ਹੋਇਆ ਸੂਈ ਫਿਰ ਤੁਸੀਂ ਉਸੀ ਡੋਟ ਦੇ ਉੱਤੇ ਕੱਢਣੀ। ਇਸ ਤਰ੍ਹਾਂ ਕਰਦੇ ਹੋਏ ਅਸੀਂ ਇੱਕ ਸੁਰਾਖ ਦੇ ਵਿੱਚੋਂ ਕਮ ਅਜ਼ ਕਮ 3 ਸਟਿੱਚ ਲਾਉਣੇ ਨੇ। ਬਟਨ ਨੂੰ ਥੋੜ੍ਹਾ ਚੁੱਕ ਕੇ ਰੱਖਣਾ ਹੈ, ਇਹਦਾ ਫਾਇਦਾ ਕੀ ਹੋਏਗਾ ਤੁਹਾਨੂੰ ਮੈਂ ਐਂਡ 'ਤੇ ਫਿਰ ਦੱਸਦੀ ਹਾਂ। ਇਸ ਸਾਈਡ 'ਤੇ ਵੀ ਅਸੀਂ ਇਹਦੇ ਸਟਿੱਚ ਲਾ ਲੈਣੇ, ਇਹਦੇ ਵਿੱਚੋਂ ਇਹ ਸੂਈ ਕੱਢ ਲਈ। ਦੁਬਾਰਾ ਹੁਣ ਲਾਸਟ ਇਹਦੇ 'ਚ 3 ਸਟਿੱਚ ਲਾਏ ਨੇ, ਇਹਦੇ 'ਚ ਮੈਂ ਤੀਸਰਾ ਜਦੋਂ ਸਟਿੱਚ ਲਾਇਆ ਅਤੇ ਹੁਣ ਸੂਈ ਮੈਂ ਨੀਚੇ ਨਹੀਂ ਟਪਾਉਂਗੀ ਬਲਕਿ ਇਹਨੂੰ ਇੱਥੇ ਰਹਿਣ ਦਾਂਗੀ ਉੱਪਰ। ਹੁਣ ਇਹਦੇ ਉੱਤੇ ਤੁਸੀਂ ਇਸ ਤਰ੍ਹਾਂ ਕਰਕੇ ਜਿਹੜੀ ਉਹ ਗੱਠ ਅਸੀਂ ਦਿੱਤੀ ਸੀ ਉਹਨੂੰ ਵੀ ਨਾਲ ਲੈਂਦੇ ਹੋਇਆ ਤੁਸੀਂ ਇਹਦੇ ਦੁਆਲੇ 3 ਵਾਰੀ ਇਸ ਤਰ੍ਹਾਂ ਧਾਗੇ ਨੂੰ ਘੁਮਾਉਣਾ। ਘੁਮਾਉਣੇ ਤੋਂ ਬਾਅਦ ਫਿਰ ਆ ਬਟਨ ਨੂੰ ਇਸ ਤਰ੍ਹਾਂ ਚੁੱਕੋਗੇ ਅਤੇ ਫਿਰ ਉਸੀ ਡੋਟ ਤੋਂ ਨੀਚੇ ਵਾਲੀ ਸਾਈਡ 'ਤੇ ਲੈ ਜਾਣਾ। ਨੀਚੇ ਵਾਲੀ ਸਾਈਡ 'ਤੇ ਜਦੋਂ ਅਸੀਂ ਆਵਾਂਗੇ ਇੱਥੋਂ ਤੁਸੀਂ ਹੁਣ ਇਹ ਜਿਹੜੇ ਅਸੀਂ ਸਟਿਚਿਸ ਲਾਏ ਸੀ ਇਹਨਾਂ ਨੂੰ ਚੁੱਕਣਾ, ਨਾਲ ਥੋੜ੍ਹਾ ਸਾਰਾ ਕੱਪੜੇ ਨੂੰ ਚੁੱਕਣਾ ਅਤੇ ਇਹ ਜਿਹੜਾ ਸਾਡੇ ਕੋਲ ਧਾਗਾ ਹੋਏਗਾ ਇਹਨੂੰ 2 ਵਾਰੀ ਇਹਦੇ 'ਤੇ ਲਪੇਟੇ ਦੇਣੇ ਨੇ। ਸੂਈ ਇਹਦੇ ਵਿੱਚੋਂ ਅੱਛੀ ਤਰ੍ਹਾਂ ਕੱਢ ਲੈਣੀ ਅਤੇ ਇਹਨੂੰ ਹਲਕਾ ਸਾਰਾ ਖਿੱਚਣਾ ਤਾਂ ਕਿ ਟਾਈਟ ਹੋ ਜਾਏ। ਇੱਕ ਵਾਰੀ ਫਿਰ ਤੁਸੀਂ ਇਸ ਤਰ੍ਹਾਂ ਹੀ ਕਰੋਗੇ, ਇਹਨੂੰ ਲੈਂਦੇ ਹਾਂ ਫਿਰ 2 ਚੱਕਰ ਦਿੱਤੇ ਨੇ ਅਤੇ ਫਿਰ ਧਾਗੇ ਨੂੰ ਟਾਈਟ ਕਰੋਗੇ ਅੱਛੀ ਤਰ੍ਹਾਂ। ਹੁਣ ਜਦੋਂ ਇਹ ਧਾਗਾ ਬਾਕੀ ਦਾ ਤੁਸੀਂ ਕਿਸ ਤਰ੍ਹਾਂ ਹਾਈਡ ਕਰਨਾ ਹੈ, ਇੱਥੋਂ ਥੋੜ੍ਹਾ ਸਾਰਾ ਤੁਸੀਂ ਇਹ ਕੱਪੜਾ ਚੁੱਕਣਾ ਕਿਉਂਕਿ ਪੱਟੀ ਹੈ ਅਤੇ ਉੱਪਰ ਵਾਲੀ ਤਹਿ ਦੇ ਵਿੱਚੋਂ ਸਿਰਫ ਤੁਸੀਂ ਸੂਈ ਟਪਾਉਣੀ ਹੈ ਥੋੜ੍ਹੀ ਸਾਰੀ ਅੱਗੇ ਤੱਕ ਕੱਢ ਕੇ ਅੱਛੀ ਤਰ੍ਹਾਂ। ਅਤੇ ਹੁਣ ਇੱਥੋਂ ਤੁਸੀਂ ਧਾਗਾ ਜਿਹੜਾ ਉਹ ਐਕਸਟਰਾ ਦਾ ਉਹ ਕੱਟ ਕਰ ਦੇਣਾ। ਇਸ ਤਰ੍ਹਾਂ ਦੇਖੋ ਤੁਹਾਡਾ ਕਿ ਪਿੱਛੋਂ ਵੀ ਜਿਹੜਾ ਉਹ ਫਿਨਿਸ਼ਿੰਗ ਦੇ ਨਾਲ ਟਾਂਕਿਆ ਗਿਆ ਹੈ, ਬਹੁਤ ਸਾਰੇ ਸਟਿਚਿਜ ਨਹੀਂ ਨਜ਼ਰ ਆ ਰਹੇ ਅਤੇ ਅੱਗਿਓਂ ਵੀ ਤੁਹਾਡਾ ਜਿਹੜਾ ਬਟਨ ਉਹ ਫਿਨਿਸ਼ਿੰਗ ਨਾਲ ਹੋ ਗਿਆ।